ਬੋਕਲ ਦੇ ਵਿੱਚ ਲੈ ਲੈਣੇ ਆ ਇਹਨੂੰ ਹੀ ਤੋਹਫਾ ਕਹਿ ਲੈਣੇ ਆ ਵੈਸੇ ਤਾਂ ਕਿਸੇ ਨੂੰ ਪਿਆਰ ਦੀ ਗਲਵਕੜੀ ਤੇ ਦੇਣੀ ਕਿਸੇ ਨੂੰ ਸ਼ਾਬਾਸ਼ੀ ਤੇ ਦੇਣੀ ਪਿਆਰ ਦੇਣਾ ਪਿਆਰ ਦੇ ਤੋਂ ਸ਼ਬਦ ਕਹਿ ਦੇਣੇ ਸ਼ੁਕਰੀਆ ਕਹਿ ਦੇਣਾ ਪਿਆਰ ਦੇ ਨਾਲ ਤਾਰੀਫ ਕਰ ਦੇਣੀ ਪਿਆਰ ਨਾਲ ਅਹਿਸਾਸ ਨਾਲ ਆਪਣੀ ਗਲਤੀ ਮੰਨਦੇ ਹੋਏ ਮਾਫੀ ਮੰਗ ਲੈਣੀ ਇਹ ਸਭ ਤੋਂ ਵੱਡਾ ਤੋਹਫਾ ਹੁੰਦਾ ਕਿਸੇ ਨੂੰ ਮਾਫ ਕਰ ਦੇਣਾ ਇਹ ਵੱਡਾ ਤੋਹਫਾ ਹੁੰਦਾ ਮੈਂ ਤੋਹਫੇ ਦੀ ਗੱਲ ਕਰਨਾ ਕਿਹਨਾਂ ਤੋਹਫੇ ਦੀ ਆ ਪਿਆਰ ਮੁਹੱਬਤ ਦੀ ਬੜੇ ਤੋਹਫੇ ਮਿਲਦੇ ਆ ਅ ਬਟ ਯਾਦ ਰਹਿੰਦੀਆਂ ਨੇ ਜਿਹੜੀਆਂ ਬਹੁਤ ਦਵਾਮਾ ਹੁੰਦੀਆਂ ਵੱਡਿਆਂ ਦੀਆਂ ਛੋਟਿਆਂ ਦਾ ਪਿਆਰ ਬਰਾਬਰਿਆਂ ਦੀ ਸ਼ਾਬਾਸ਼ ਉਹ ਕੰਨਾਂ ਦੇ ਵਿੱਚ ਗੂੰਜਦੀਆਂ ਰਹਿੰਦੀਆਂ ਨੇ ਅ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਹੁਣ ਤੱਕ ਦਾ ਲਾਈਫ ਦੇ ਵਿੱਚ ਬਹੁਤ ਬਾਈ ਅ ਜਦੋਂ ਕੋਈ ਫਿਲਮ ਤੋਂ ਬਾਅਦ ਜਾਂ ਨਾਟਕ ਤੋਂ ਬਾਅਦ ਯੂਨੀਵਰਸਿਟੀ ਟਾਈਮ ਤੋਂ ਕਾਲਜ ਟਾਈਮ ਤੀ ਲੈ ਲਈ ਜਦੋਂ ਕਿਤੇ ਨਾਟਕ ਕਰਦੇ ਸੀ ਤਾਂ ਕਲਾਕਾਰ ਦਾ ਜੀਵਨ ਸ਼ੁਰੂ ਹੋਇਆ ਹਾ ਜਿਹੜਾ ਸਕੂਲ ਕਾਲਜ ਟਾਈਮ ਤੋਂ ਕਾਲਜ ਟਾਈਮ ਤੋਂ ਤਾਂ ਉਦੋਂ ਤੋਂ ਬੜੀਆਂ ਦਵਾਵਾਂ ਵੀ ਮਿਲੀਆਂ ਮੱਤਾਂ ਵੀ ਮਿਲੀਆਂ ਸਲਾਹਾਂ ਮਿਲੀਆਂ ਕ੍ਰਿਟਿਸਿਜ਼ਮ ਵੀ ਮਿਲਿਆ ਜਿਨੇ ਅੱਗੇ ਵਧਨ ਦੇ ਵਿੱਚ ਤਾਰੀਫ ਕੀਤੀ ਕ੍ਰਿਟਿਸਿਜ਼ਮ ਦੇ ਨਾਲ ਨਾਲ ਕਿਤੇ ਕਿਤੇ ਮਾੜਾ 0.5% ਜਾਂ ਕਿਤੇ ਥੋੜਾ ਬਹੁਤ ਕਦੇ ਨੰਦੇਆ ਵੀ ਮਿਲੀ ਹੋਊਗੀ ਉਹ ਵੀ ਕੰਮ ਹੁੰਦੀ ਆ ਉਹ ਵੀ ਗਰੋਥ ਫਿਚ ਸਹਾਇੀ ਹੁੰਦੀ ਆ ਪਿੱਛੇ ਜੇ ਨਾਟਕ ਕਰਕੇ ਆਏ ਤੁਸੀਂ ਲਗਾਤਾਰ ਪੋਸਟਾਂ ਦੇਖੀ ਕਿਉਂਗੇ ਕਿ ਹਟਦੇ ਨਹੀਂ ਨਾਟਕ ਦੀਆਂ ਪੋਸਟਾਂ ਪਾਈ ਜਾਂਦੇ ਨੇ ਮਾਸਟਰ ਜੀ ਨਾਟਕ ਹੋਇਆ ਆ ਕੈਨੇਡਾ ਵਿੱਚ ਕੀਤਾ ਤੇ ਉਹਦੀ ਵੀ ਸ਼ਾਬਾਸ਼ ਬਹੁਤ ਮਿਲੀ 11 ਸ਼ੋਅ ਕੀਤੇ ਅਸੀਂ ਤੇ ਆਡੀਅנס ਦੇ ਵਿੱਚ ਜਾ ਕੇ ਜਦੋਂ ਨਾਟਕ ਖਤਮ ਹੁੰਦਾ ਤਾਂ ਮੈਂ ਆਡੀਅנס ਦੇ ਵਿੱਚ ਜਾਣਾ ਆ ਉਹ ਗੀਤ ਗੂੰਗਣਾਉਂਦਾ ਗਾਉਂਦਾ ਨਹੀਂ ਗਾਉਣਾ ਤਾਂ ਮੈਨੂੰ ਆਉਂਦਾ ਨਹੀਂ ਗੀਤ ਗੂੰਗਣਾਉਂਦਾ ਜਾਂਦਾ ਕਿ ਅਸੀਂ ਆਉਂਦੇ ਰਹਾਂਗੇ ਹਨ ਤੁਸੀਂ ਹੱਸ ਕੇ ਮਿਲਾਇਓ ਤੁਸੀਂ ਹੱਥ ਤਾਂ ਮਿਲਾਇਓ ਪੈਰ ਪਿੱਛੇ ਨਾ ਹਟਾਏ ਅਸੀਂ ਆਉਂਦੇ ਰਹਾਂਗੇ ਅਸੀਂ ਆਉਂਦੇ ਰਹਾਂਗੇ ਸੋ ਇਹ ਮੈਂ ਆਡੀਅנס ਵਿੱਚ ਦੀ ਜਾਨਣਾ ਤਾਂ ਉਹ ਬਹੁਤ ਜਿਹੜੇ ਮੈਂ ਕਹਿਣਾ ਤੋਹਫੇ ਮਿਲਦੇ ਆ ਸ਼ਾਬਾਸ਼ ਹੱਥਾਂ ਅੱਖਾਂ ਵਿੱਚ ਪਿਆਰ ਬੜੀ ਉਹ ਇੱਕ ਅਜੀਬ ਨਜ਼ਾਰਾ ਹੁੰਦਾ ਜਿਹਨੂੰ ਮੈਂ ਮਹਿਸੂਸ ਕਰਕੇ ਹੁਣ ਵੀ ਉਤਸ਼ਾਹ ਵਿੱਚ ਆਇਆ ਨਾ ਹੋਰ ਕੰਮ ਕਰਨ ਨੂੰ ਜੀ ਕਰਦਾ ਹੋਰ ਅਗੇ ਵਧਣ ਦੀ ਜੀ ਕਰਦਾ ਆਪਣੀਆਂ ਗਲਤੀਆਂ ਦੂਰ ਕਰਦਾ ਤੇ ਉਹਨੂੰ ਆਪਣੀਆਂ ਕਮੀਆਂ ਤੇ ਗਲਤੀਆਂ ਤੇ ਕੰਮ ਕਰਦਾ ਬਟ ਜਦੋਂ ਸੀ ਕਿਸੇ ਕੋਲੇ ਸ਼ੋਅ ਕਰਨ ਜਾਂਦੇ ਆ ਸ਼ਹਿਰਾਂ ਦੇ ਵਿੱਚ ਜਾਂ ਸਟੇਜ ਤੇ ਕਈ ਵਾਰੀ ਸਾਨੂੰ ਸਨਮਾਨਿਤ ਕਰਦੇ ਆ ਮੋਮੈਂਟੋਸ ਦਿੰਦੇ ਆ ਗਿਫਟ ਦਿੰਦੇ ਆ ਜਾਂ ਬੁਕੇ ਦਿੰਦੇ ਆ ਕਿਸਦੇ ਘਰੇ ਜਾਂਦੇ ਆ ਜਾਂ ਡਿਨਰ ਤੇ ਬੁਲਾਉਂਦੇ ਆ ਜਾਂ ਗੈੱਟ ਟੂਗੇਦਰ ਰੱਖਦੇ ਆ ਮੀਟ ਐਂਡ ਗਰੀਟ ਰੱਖਦੇ ਆ ਜਾਂ ਸਟੇਜ ਦੇ ਉੱਤੇ ਬੁਕੇ ਗੁਲਦਸਤੇ ਫੁੱਲ ਫਰੈਸ਼ ਫੁੱਲ ਦਿੰਦੇ ਆ ਇਹ ਵੈਸੇ ਮੈਨੂੰ ਪਿਛਲੇ 10-12 ਸਾਲਾਂ ਤੋਂ ਬਹੁਤ ਕਦੇ ਵੀ ਅਚਾਨਕ ਲੱਗਿਆ ਜਦੋਂ ਪੰਜਾਬ ਵਿੱਚ ਸਕੂਲ ਕਾਲਜਾਂ ਵਿੱਚ ਜਾਂਦਾ ਸੀ ਜਾਂ ਕਿਤੇ ਸੰਸਥਾ ਜਾਂਦਾ ਸੀ ਉਸ ਵੇਲੇ ਮੈਂ ਕਹਿੰਦਾ ਸੀ ਬੇਨਤੀ ਕਰਦਾ ਸੀ بڑے ਢੰਗ ਨਾਲ ਸਟੇਜ ਤੇ ਬੋਲ ਵੀ ਦਿੰਦਾ ਸੀ ਕਿ ਪਲੀਜ਼ ਮੈਨੂੰ ਆ ਮੋਮੈਂਟੋ ਜਾਂ ਫੁੱਲ ਗੁਲਦਸਤੇ ਤਾਂ ਬਿਲਕੁਲ ਹੀ ਨਾ ਦਿਆ ਕਰੋ ਹਨਾ ਤੇ ਕਿਉਂਕਿ ਫੁੱਲਾਂ ਦਾ ਮੈਨੂੰ ਲੱਗਦਾ ਫੁੱਲਾਂ ਦਾ ਕਤਲ ਹੁੰਦਾ ਮੈਨੂੰ ਤਾਂ ਜਦੋਂ ਕਿ ਧਾਰਮਿਕ ਸਥਾਨ ਤੇ ਵੀ ਫੁੱਲ ਚੜਾਉਂਦਾ ਤੋੜ ਕੇ ਤਾਂ ਮੈਨੂੰ ਲੱਗਦਾ ਯਾਰ ਇਹ ਕੀ ਹੈ ਇਹ ਕਿਉਂ ਕਰ ਰਹੇ ਨੇ ਹਨਾ ਚੰਗਾ ਨਹੀਂ ਲੱਗਦਾ ਫਿਰ ਕਈ ਵਾਰੀ ਮਹਿਮਾਨ ਬਹੁਤ ਪਿਆਰੇ ਕਈ ਵਾਰੀ ਘਰੇ ਗੁਲਦਸਤਾ ਲੈ ਕੇ ਆ ਜਾਂਦੇ ਆ ਬੁਕੇ ਲੈ ਕੇ ਆ ਜਾਂਦੇ ਆ ਫਰੈਸ਼ ਫੁੱਲਾਂ ਦਾ ਉਦੋਂ ਕਹਿ ਨਹੀਂ ਸਕਦੇ ਪਰ ਇੱਕ ਦੋ ਹਾ ਟੰਗਣਾ ਕਹਿਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਨਾਲ ਚੰਗਾ ਕਿ ਜੇ ਘਰੇ ਲੈ ਕੇ ਹੀ ਆਉਣਾ ਤਾਂ ਫਿਰ ਬੂਟਾ ਹੀ ਲਿਆਓ ਕੋਈ ਪੌਦਾ ਹੀ ਲਿਆਓ ਉਹ ਹੁਣ ਸਾਡੇ ਘਰੇ ਕਈ ਪੌਦੇ ਹੈਗੇ ਵੀ ਨੇ ਬੂਟੇ ਹੈਗੇ ਨੇ ਜਿਹੜੇ ਵੱਡੇ ਹੋ ਗਏ ਖੜਦੇ ਨੇ ਜਿੰਨਾਂ ਵਿੱਚ ਜਾਨ ਹੈਗੀ ਆ ਜਿੰਨਾਂ ਵਿੱਚ ਪ੍ਰਾਣ ਹੈਗੇ ਨੇ ਸੋ ਉਮੇ ਜਿਹੜੇ ਬੁੱਕੇ ਹੁਣ ਮੈਨੂੰ ਜਿਨ੍ਹਾਂ ਨੇ ਬੁੱਕੇ ਦਿੱਤੇ ਉਹ ਬੁੱਕੇ ਮੇਰੇ ਕੋਲ ਹੈ ਨਹੀਂ ਉਹਨਾਂ ਸ਼ਹਿਰਾਂ 'ਚ ਹੀ ਰਹਿ ਗਏ ਜਾਂ ਉਹਨਾਂ ਦੇ ਘਰੀ ਰਹਿ ਗਏ ਮਰ ਜਾ ਕੇ ਹੋਣਗੇ ਗਾਰਬੇਜ ਵਿੱਚ ਚਲੇ ਗਏ ਹੋਣਗੇ ਜਿਹੜੇ ਮੋਮੈਂਟੋਸ ਨੇ ਉਹ ਮੈਂ ਲਿਆ ਕੇ ਰੱਖਤੇ ਆ ਬਹੁਤ ਸਾਰੇ ਮੋਮੈਂਟੋ ਮਿਲੇ ਮੇਰੇ ਕੋਲੇ ਹੁਣ ਕਈ ਹੈ ਨਹੀਂ ਉਹਨਾਂ ਵਿੱਚ ਕੁਝ ਮੇਰੇ ਕੋਲੇ ਧੂਰੀ ਸਾਡੇ ਘਰ ਪਏ ਨੇ ਚਲੋ ਪਹਿਲਾਂ ਬਹੁਤ ਖੁਸ਼ੀ ਹੁੰਦੇ ਸੀ ਬੜੀਆਂ ਲੋਈਆਂ ਮਿਲੀਆਂ ਲੋਈਆਂ ਕਿਸੇ ਕੰਮ ਨਹੀਂ ਆਈਆਂ ਪਰ ਕੋਸ਼ਿਸ਼ ਕਰਦੇ ਸੀ ਵੀ ਜਦੋਂ ਲੋਈ ਫਿਰ ਹੁੰਦੀ ਸੀ ਕਿਸੇ ਲੋੜਵੰਦ ਨੂੰ ਦੇ ਜਾਂਦੇ ਸੀ ਜਾਂ ਕਿਸੇ ਰਿਸ਼ਤੇਦਾਰ ਨੂੰ ਤੋਹਫੇ ਵਜੋਂ ਦੇ ਦਿੰਦੇ ਸੀ ਜਾਂ ਦੇਖਣਾ ਜਾਂ ਸਰਦੀ ਆ ਗਈ ਜੇ ਤੁਹਾਨੂੰ ਠੰਡ ਲੱਗਦੀ ਹੈ ਕੋਈ ਸਬਜ਼ੀ ਵੇਚਣ ਵਾਲਾ ਆਇਆ ਜਾਂ ਕੋਈ ਹੋਰ ਹੈ ਜਾਂ ਕੋਈ ਸਾਡਾ ਸੱਟਿਆ ਕੂੜਾ ਚੱਕਣ ਆਇਆ ਕੋਈ ਕੰਮ ਆ ਸਫਾਈ ਕਰਨਾ ਆ ਉਹਨੂੰ ਦੇ ਦੰਦੇ ਸੀ ਉਹ ਲੋਈਆ ਚਲੋ ਕੰਮ ਆ ਜਾਂਦੀ ਸੀ ਪਰ ਆ ਸ਼ੀਲਡਾਂ ਤੇ ਫੁੱਲਾਂ ਦੇ ਬੁੱਕੇ ਤਾਂ ਜਦੀ ਕਦੇ ਕੰਮ ਨਹੀਂ ਆਏ ਪਰ ਇੱਕ ਕਈ ਵਾਰੀ ਕੀ ਹੁੰਦਾ ਕਿ ਐਸੇ ਤੋਹਫੇ ਮਿਲਦੇ ਨੇ ਬਹੁਤ ਪਏ ਨੇ ਜਿਵੇਂ ਇਹਨਾਂ ਵਿੱਚੋਂ ਕੁਝ ਮੈਂ ਚੁਣੇ ਨੇ ਤੁਹਾਡੇ ਨਾਲ ਗੱਲ ਕਰਨ ਲਈ ਆ ਪੈਨ ਨੇ ਮੇਰੇ ਕੋਲੇ ਹੈਣਾ ਤੇ ਇਹ ਪੈਨ ਮੈਨੂੰ ਤੋਹਫਿਆਂ ਵਿੱਚ ਮਿਲੇ ਹੋਏ ਨੇ ਹੋਰ ਵੀ ਪਏ ਨੇ ਇਹ ਖਾਸ ਤੌਰ ਤੇ ਪੈਨਾਂ ਨੇ ਤੋਹਫਿਆਂ ਵਿੱਚ ਮਿਲੇ ਪਏ ਨੇ ਆ ਮੇਰਾ خیال ਅਜ ਤੋਂ 7-8 ਸਾਲ ਪਹਿਲਾਂ ਮਿਲਿਆ ਸੀ ਆਹਾ ਏਸੀ ਸਾਲ ਮਿਲਿਆ ਪਿਛਲੇ ਸਾਲ ਮਿਲਿਆ ਸੀ ਦਸੰਬਰ ਵਿੱਚ ਸ਼ੋਅ ਕਰਨ ਤੋਂ ਬਾਅਦ ਦਿੱਤਾ ਕਿਸੇ ਨੇ ਤੇ ਆ ਵੀ ਮਿਲੇ ਸੀ ਕਾ ਵੀ ਇਹ 2-3 ਸਾਲ ਹੋ ਗਏ ਸੋ ਇਹ ਹੁਣ ਤੱਕ ਨੇ ਨਾ ਸਿੱਕੇ ਬਦਲ ਲਈ ਦੇਨੇ ਆ ਕਿੰਨਾ ਸੋਹਣਾ ਪੈਨ ਸੋ ਇਹ ਕੰਮ ਆਉਣ ਦੇ ਮੇਰੇ ਕੋਲੇ ਹੈਗੇ ਨੇ ਹੈਲੀਫੈਕਸ ਵਿੱਚ ਜਦੋਂ ਮੈਂ ਆਡੀਅנס ਵਿੱਚ ਕੋਲੇ ਜਾ ਰਿਹਾ ਸੀ ਤਾਂ ਮੈਂ ਸਭ ਨੂੰ ਮਿਲ ਰਿਹਾ ਸੀ ਤਾਂ ਇੱਕ ਨੌਜਵਾਨ ਨੇ ਮੈਨੂੰ ਆ ਕਿਤਾਬ ਦਿੱਤੀ ਦਾ 40 ਰੂਲਸ ਆਫ ਲਵ ਹੈਨਾ ਹੁਣ ਇਹਦੇ ਮੈਂ 105 ਪੰਨੇ ਪੜ ਚੁੱਕਿਆ ਇਹ ਮੇਰੀ ਲਾਇਬ੍ਰੇਰੀ ਦੇ ਵਿੱਚ ਹੈ ਇਹ ਕੋਈ ਫੋਰ ਵੀ ਪੜੂਗਾ ਮੇਰੇ ਤੋਂ ਬਾਅਦ ਹੈਨਾ ਉਹ ਸਾਦਾ ਮੇਰੇ ਬੱਚੇ ਪੜ੍ਹਨ ਮੇਰੇ ਬੱਚਿਆਂ ਦੇ ਬੱਚੇ ਪੜ੍ਹਨ ਤੇ ਕੋਈ ਘਰੇ ਆਇਆ ਮਹਿਮਾਨ ਵੀ ਪੜੇ ਔਰ ਇਹਨਾਂ ਵਿੱਚੋਂ ਆਈਆਂ ਹੋਈਆਂ ਚੀਜ਼ਾਂ ਨਹੀਂ ਸਿੱਖੂਗਾ ਉਹ ਸਾਦਾ ਆਉਣ ਵਾਲੇ ਸਮੇਂ ਵਿੱਚ ਕਿਸੇ ਰੂਪ ਬਦਲ ਕੇ ਉਹ ਕਿਸੇ ਨਾਟਕ ਵਿੱਚ ਕਿਸੇ ਫਿਲਮ ਵਿੱਚ ਆ ਜਾਣ ਜਾਂ ਮੇਰੇ ਕਿਸੇ ਬੋਲ ਬਲਾ ਰੀ ਵਿੱਚ ਲੈਕਚਰ ਕਰਨ ਮਿਲੇ ਆ ਜਾਣ ਜਾਂ ਕਿਤੇ ਕਿਸੇ ਮਹਿਫਲ ਵਿੱਚ ਕੰਮ ਆ ਜਾਣ ਬਟ ਇਹ ਕਦੇ ਗਿਫਟ ਕਿਤੇ ਜਾਊਗਾ ਨਹੀਂ ਫੁੱਲ ਸੁੱਕ ਕੇ ਫੁੱਲ ਚਲੇ ਗਏ ਪਤਾ ਨਹੀਂ ਕਿੱਥੇ ਚਲੇ ਗਏ ਗਾਰ ਵਿੱਚ ਇਹ ਕਦੇ ਗਾਰਵੇਜ ਵਿੱਚ ਨਹੀਂ ਜਾਊਗੀ ਕਿਤਾਬ ਸੋ ਜਿਨੇ ਹੈਲੀਫੈਕਸ ਤੋਂ ਇਹ ਤੋਹਫਾ ਦਿੱਤਾ ਇਹ ਬਹੁਤ ਕੀਮਤੀ ਤੋਹਫਾ ਉਸ ਜੋਵਾਨ ਦਾ ਬਹੁਤ ਬਹੁਤ ਧੰਨਵਾਦ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਤੋਹਫੇ ਦੇਣੇ ਤਾਂ ਆਪਾਂ ਤੋਹਫੇ ਦੇਣੇ ਵੀ ਸਿੱਖੀਏ ਸੋ ਨਵੇਂ ਸਾਲ ਤੇ ਕਈਆਂ ਨੇ ਰੈਜ਼ੋਲੂਸ਼ਨ ਬਣਾਏ ਹੋਣਗੇ ਮੈਂ ਮੈਂ ਬੇਨਤੀ ਕਰਦਾ ਕਿ ਇਸ ਦਾਅਵ ਦੇ ਵਿੱਚ ਜੇ ਕਿਸੇ ਨੂੰ ਮੈਂ ਬਿਨਾ ਕੋਈ ਮੈਨੂੰ ਬੁੱਕੇ ਨਾ ਦਿਓ ਮੈਨੂੰ ਕੋਈ ਸ਼ੀਲਡ ਨਾ ਦਿਓ ਮੈਨੂੰ ਕੋਈ ਲੋਈ ਨਾ ਦਿਓ ਮੈਨੂੰ ਦੇਣਾ ਹੈ ਤਾਂ ਕੋਈ ਕਾਪੀ ਦੇ ਦਿਓ ਮੈਨੂੰ ਕੋਈ ਕਿਤਾਬ ਦੇ ਦਿਓ ਜੇ ਦੇਣਾ ਚਾਹੁੰਦੇ ਹੋ ਗਿਫਟ ਹੈ ਨਾ ਜਿਹੜੀ ਕਿ ਮੇਰੇ ਮੈਨੂੰ ਯਾਦ ਰਹੇ ਹੁਣ ਇਹਦੇ ਉੱਤੇ ਮੇਰੇ ਮਿੱਤਰ ਦਾ ਨਾਮ ਨਹੀਂ ਲਿਖਿਆ ਹੈ ਸ਼ਾਇਦ ਉਹਨੇ ਭਾਵ ਖੁਕੇ ਮੈਨੇ ਦਿੱਤੀ ਕਿਤਾਬ ਇਹ ਤੇ ਨਾਮ ਵੀ ਲਿਖਿਆ ਹੁੰਦਾ ਵੀ ਕਿੰਨਾ ਵੱਲੋਂ ਹੈ ਤਾਂ ਸਾਰੀ ਉਮਰ ਮੇਰੇ ਨਾਮ ਵੀ ਚیتے ਰਹਿਣਾ ਸੀਗਾ ਨਾਲ ਰਹਿਣਾ ਸੀ ਬਟ ਐਨੀ ਹਾਉ ਕਿਤਾਬ ਤਾਂ ਉਹਨਾਂ ਨੇ ਦਿੱਤੀ ਉਹਨਾਂ ਦੀ ਥੋੜਾ ਜਿਹਾ ਚਿਹਰਾ ਮੇਰੇ ਅੱਗੇ ਯਾਦ ਹੈ ਸੋ ਇਹੀ ਬੇਨਤੀ ਕਰਨੀ ਹੈ ਕਿ ਤੋਹਫੇ ਦੇਣੇ ਸਿੱਖੀਏ ਤੋਫੇ ਲੈਣੇ ਸਿੱਖੀਏ ਕੀ ਰੱਖਣਾ ਕੀ ਕਰਨਾ ਕੀ ਬੀਜਣਾ ਜਿਹੋ ਜਿਹਾ ਬੀਜਾਂਗੇ ਉਹ ਜਿਹਾ ਉੱਗੇਗਾ ਬਸ ਇਹੀ ਸੀ ਜਿਆਦੇ ਸਿਆਣਪ ਕੋਟਦਾ ਰਹਿਣਾ फटकी करिए आदत से मजबूर हूँ मैं ऐसा क्यों हूँ मैं ऐसा क्यों हूँ लव यू आल जिंदगी जिंदा बाग चक दो फटे खुद ही रिकॉर्ड कर रहे खुद ही कर देने बंद ओके बाय टाटा